ਭਾਅ ਜੀ ਜੇ ਆਪਾਂ ਸਮੇਂ ਦੀ ਗੱਲ ਕਰਦੇ ਹਾਂ, ਮਿਨੀਮਮ ਕਿੰਨੇ ਟਾਈਮ ਦੇ ਵਿੱਚ ਯੂਕੇ ਦਾ ਜਿਹੜਾ ਰਿਜ਼ਲਟ ਹੈ ਆ ਰਿਹਾ, ਯਾਨੀ ਫਸਟ ਡੇ ਤੋਂ ਲੈ ਕੇ ਜਦੋਂ ਸਟੂਡੈਂਟ ਹੈ ਤੁਹਾਡੀਆਂ ਪੌੜੀਆਂ ਚੜ੍ਹਦਾ ਤੁਹਾਡੇ ਆਫਿਸ ਦੇ ਵਿੱਚ ਆਉਂਦਾ, ਉਸ ਤੋਂ ਲੈ ਕੇ ਜਿੱਦਾਂ ਤੁਸੀਂ ਉਹਨੂੰ ਵੀਜ਼ਾ ਡਿਲੀਵਰ ਕਰਨਾ ਤਾਂ ਕਿੰਨਾ ਕੁ ਟਾਈਮ ਹੈ ਜਿਹੜਾ ਸਮਾਂ ਲੱਗ ਜਾਂਦਾ? ਵੈਸੇ ਚਲੋ ਵੱਧ ਘੱਟ ਵੀ ਹੋ ਸਕਦਾ ਪਰ ਅਪਰੋਕਸ ਜਿਹਾ ਸਮਾਂ ਵੀ ਹਾਂ ਇੰਨਾ ਕੁ ਹੁੰਦਾ ਜੀ? ਦੇਖੋ ਸਰ, ਅਗਰ ਆਪਾਂ ਯੂਕੇ ਦੇ ਵਿੱਚ ਜੇ ਬੇਸਿਕਲੀ ਟਾਈਮਿੰਗ ਹੁੰਦੀ ਹੈ, ਕਿਉਂਕਿ ਯੂਕੇ ਇਕਲੌਤੀ ਕੰਟਰੀ ਤੁਹਾਨੂੰ ਹੈਗੀ ਜਿਹੜੀ ਤੁਹਾਨੂੰ ਮਲਟੀਪਲ ਐਮਬੈਸੀ ਆਪਸ਼ਨ ਦਿੰਦੀ ਹੈ ਕਿ ਤੁਸੀਂ ਨੋਰਮਲ 'ਤੇ ਫਾਈਲ ਲੈਣਾ ਚਾਹੁੰਦੇ ਹੋ, ਤੁਹਾਡੇ ਕੋਲ ਪ੍ਰਾਇਓਰਟੀ ਦੀ ਆਪਸ਼ਨ ਹੈ, ਤੁਹਾਡੇ ਕੋਲ ਸੁਪਰ ਪ੍ਰਾਇਓਰਟੀ ਦੀ ਆਪਸ਼ਨ ਵੀ ਹੈ। ਬਟ ਜਿਵੇਂ ਨੋਰਮਲੀ ਲੋਕਾਂ ਨੂੰ ਰੈਕਮੈਂਡ ਨਹੀਂ ਕੀਤਾ ਜਾਂਦਾ ਪ੍ਰਾਇਓਰਟੀ ਜਾਂ ਸੁਪਰ ਪ੍ਰਾਇਓਰਟੀ ਬਾਰੇ, ਬਟ ਇਹਦੇ ਵਿੱਚ ਆਪਾਂ ਗੱਲ ਕਰੀਏ, ਅਗਰ ਆਪਾਂ ਨੋਰਮਲ ਐਮਬੈਸੀ ਫੀਸ ਦੀ ਵੀ ਫਾਈਲ ਲੋਜ ਕਰਦੇ ਹਾਂ ਤਾਂ ਪ੍ਰੋਸੈਸਿੰਗ ਟਾਈਮ ਇਜ਼ ਅਪਰੋਕਸੀਮੇਟਲੀ 15 to 20 ਵਰਕਿੰਗ ਡੇਜ਼, ਮਤਲਬ 1.25 ਮਹੀਨੇ ਦੇ ਵਿੱਚ ਰਿਜ਼ਲਟ ਐਮਬੈਸੀ ਦੇ ਦਿੰਦੀ ਹੈ। ਯੂਕੇ ਦੇ ਵਿੱਚ ਜ਼ਿਆਦਾ ਡਿਲੇ ਨਹੀਂ ਕੀਤਾ ਜਾਂਦਾ, ਨਹੀਂ ਤਾਂ ਅਗਰ ਇਨ 1% ਤੁਹਾਡੀ ਕੋਈ ਡਿਲੇ ਹੁੰਦੀ ਵੀ ਹੈ, ਤੁਹਾਡੇ ਕੋਲ ਪ੍ਰਾਇਰਟੀ ਔਰ ਸੁਪਰ ਪ੍ਰਾਇਰਟੀ ਦੇ ਆਪਸ਼ਨਸ ਵੀ ਨੇ, ਤੁਸੀਂ ਅਪਲਾਈ ਕਰ ਸਕਦੇ ਹੋ। ਔਰ ਇਸ ਟਾਈਮ ਸਾਡੀ ਇਹ ਚੀਜ਼ ਕਹਿ ਸਕਦੇ ਹਾਂ ਕਿ ਯੂਕੇ ਦਾ ਰਿਜ਼ਲਟ ਬਹੁਤ ਵਧੀਆ ਆ ਰਿਹਾ, ਵਿਦਆਊਟ ਐਨੀ ਡਿਲੇ ਰਿਜ਼ਲਟਸ ਮਿਲਦੇ ਪਏ ਆ, ਕੋਈ ਵੀ ਦਿੱਕਤ ਨਹੀਂ ਹੈ ਸਰ ਇਸ ਟਾਈਮ ਜੀ? ਬਿਲਕੁਲ, ਬਹੁਤ ਜਲਦੀ ਰਿਜ਼ਲਟ ਆ ਰਿਹਾ। ਅਤੇ ਇਨਟੇਕ ਕਿਹੜਾ ਹੈਗਾ ਸਰ ਇਸ ਟਾਈਮ? ਸਰ ਇਸ ਟਾਈਮ ਸਾਡੇ ਕੋਲ ਇਨਟੇਕ ਜਿਹੜਾ ਹੈਗਾ, ਕੁਛ ਕਾਲਜ ਯੂਨੀਵਰਸਿਟੀ ਸਪਤੰਬਰ ਪ੍ਰੋਵਾਈਡ ਕਰਦੀ ਪਈ ਹੈ, ਨਹੀਂ ਤਾਂ ਨਵੰਬਰ ਇਨਟੇਕ, ਕੁਛ ਯੂਨੀਵਰਸਿਟੀ ਦਾ, ਨਹੀਂ ਤਾਂ ਜੈਨ ਵੀ ਓਪਨ ਹੋ ਚੁੱਕਿਆ ਹੈ। ਬਟ ਜਿਹੜੇ ਸਟੂਡੈਂਟਸ ਹਲੇ ਰੀਸੈਂਟ ਪਾਸ ਆਊਟ ਨੇ ਆ, 22 ਜਾਂ 23 ਅੰਡਰ ਗ੍ਰੈਜੂਏਟ, 22, 23, 24 ਪਾਸ ਆਊਟ ਨੇ, ਵਿਦਆਊਟ ਐਨੀ ਡਿਲੇ ਯੂਕੇ ਦਾ ਪਲਾਨ ਕਰਦੇ ਪਏ ਨੇ, ਆਪਣੇ ਅਪਕਮਿੰਗ ਇਨਟੇਕ ਦੇ ਲਈ ਸੀਟਸ ਜ਼ਰੂਰ ਰਿਜ਼ਰਵ ਕਰੋ, ਕਿਉਂਕਿ ਇਸ ਟਾਈਮ ਹਰ ਕੰਟਰੀ ਦੇ ਵਿੱਚ ਕੈਪਿੰਗ ਔਰ ਸੀਟਸ ਬਿਲਕੁਲ ਲਿਮਿਟਿਡ ਹੈਗੀ ਆ, ਸਮਾਂ ਬਹੁਤ ਘੱਟ ਆ। ਆਪਣੇ ਅਪਕਮਿੰਗ ਇਨਟੇਕ ਲਈ ਅਪਲਾਈ ਕਰੋ, ਅਤੇ ਅਗਰ ਤੁਸੀਂ ਪੇ ਆਫਟਰ ਵੀਜ਼ਾ ਆਪਸ਼ਨ ਵੀ ਵੈਸੇ ਵੀਜ਼ਾ ਆਉਣ ਤੋਂ ਬਾਅਦ ਵੀ ਦੇਣਾ ਚਾਹੁੰਦੇ ਹੋ, ਸਾਡੇ ਕੋਲ ਪ੍ਰੋਪਰਲੀ ਆਪਸ਼ਨ ਅਵੇਲੇਬਲ ਵਿਦ ਪ੍ਰੋਪਰ ਟਰਾਂਸਪੇਰੈਂਸੀ, ਤੁਸੀਂ ਹੈਜ਼ੀਟੇਸ਼ਨ ਵੀ ਆਪਣੇ ਅਪਲਾਈ ਕਰ ਸਕਦੇ ਹੋ। ਬਿਲਕੁਲ, ਆਪਾਂ ਯੂਕੇ ਦੀ ਗੱਲ ਕਰ ਰਹੇ ਹਾਂ, ਨਾਲ ਦੀ ਨਾਲ ਆਪਾਂ ਗੱਲ ਕਰਦੇ ਹਾਂ ਪੰਜਾਬੀਆਂ ਦੀ ਡ੍ਰੀਮ ਡੈਸਟੀਨੇਸ਼ਨ ਹਮੇਸ਼ਾ ਹੀ ਰਿਹਾ ਕੈਨੇਡਾ, ਪਰ ਅੱਜ ਕਿਤੇ ਨਾ ਕਿਤੇ ਪਿੱਛੇ ਜਾ ਰਿਹਾ। ਕੈਨੇਡਾ ਸਟ੍ਰਿਕਟ ਵੀ ਬਹੁਤ ਹੋਇਆ, ਵੱਖ ਵੱਖ ਚੇਂਜਿੰਗ ਆਇਆ, ਕੈਪਿੰਗ ਆਇਆ, ਇੰਨੇ ਸਟੂਡੈਂਟ ਨੂੰ ਹੀ ਵੀਜ਼ਾ ਮਿਲਣਾ, ਨਾਲ ਦੀ ਨਾਲ ਪ੍ਰੋਵਿੰਸ ਅਟੈਸਟੇਸ਼ਨ ਲੈਟਰ ਦੀ ਜਿਹੜੀ ਗੱਲ ਕੀਤੀ ਹੈ ਉਹਨਾਂ ਨੇ, ਉਹ ਵੀ ਬਹੁਤ ਮੁਸ਼ਕਲ ਨਾਲ ਮਿਲ ਰਿਹਾ, ਯਾਨੀ ਕਿ ਸਟ੍ਰਿਕਟ ਹੋਇਆ, ਆਸਟ੍ਰੇਲੀਆ ਵਾਂਗ ਕੈਨੇਡਾ ਵੀ ਸਟ੍ਰਿਕਟ ਹੋਇਆ। ਸਟੂਡੈਂਟ ਵੀ ਕਿਤੇ ਨਾ ਕਿਤੇ ਨਾ ਕੈਨੇਡਾ ਨੂੰ ਲੈ ਕੇ ਥੋੜ੍ਹਾ ਜਿਹਾ ਘਬਰਾ ਜਾਂਦਾ ਵੀ ਯਾਰ ਕੈਨੇਡਾ ਜਾਵਾਂਗੇ ਤਾਂ ਸ਼ਾਇਦ ਆਪਸ਼ਨ ਨਹੀਂ ਮਿਲਣੀਆਂ, ਸ਼ਾਇਦ ਉੱਥੇ ਵਰਕ ਵੀਜ਼ਾ ਨਹੀਂ ਮਿਲਣਾ, ਸ਼ਾਇਦ ਉੱਥੇ ਉਸ ਤੋਂ ਬਾਅਦ ਸਾਨੂੰ PR ਨਹੀਂ ਮਿਲਣੀ, ਕੰਮ ਨਹੀਂ ਮਿਲਣਾ। ਤੁਹਾਨੂੰ ਕੀ ਲੱਗਦਾ ਕੈਨੇਡਾ ਦਾ ਸਿਨੈਰੀਓ ਆਲ ਓਵਰ ਕਿਸ ਤਰ੍ਹਾਂ ਦਾ ਚੱਲ ਰਿਹਾ? ਦੇਖੋ ਸਰ, ਇਹ ਇਸ ਟਾਈਮ ਥੋੜ੍ਹਾ ਮਿਥ ਬਣ ਚੁੱਕਿਆ ਕਿ ਕੈਨੇਡਾ ਦੇ ਵਿੱਚ ਕੰਮ ਨਹੀਂ ਹੈਗਾ, ਕਾਲਜਿਸ ਨੇ ਵਰਕ ਪਰਮਿਟ ਬੰਦ ਕਰਤੇ ਆ, ਕਈਆਂ ਨੂੰ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਨਹੀਂ ਬਣਦਾ ਪਿਆ, ਕੁਛ ਨੈਗੇਟਿਵ ਇਸ ਕਰਕੇ ਨੇ, ਥੋੜ੍ਹਾ ਬਜਟ ਇਸ਼ੂ ਆਉਂਦਾ ਪਿਆ, GIC ਡਬਲ ਹੋ ਚੁੱਕੀ ਹੈ। ਬਟ ਮੈਂ ਐਪਲੀਕੈਂਟਸ ਨੂੰ, ਸਟੂਡੈਂਟਸ ਨੂੰ ਇਹ ਚੀਜ਼ ਮੈਂ ਕਹਿਣਾ ਚਾਹੁੰਦਾ, ਮਿਥ ਇੱਕ ਸਾਈਡ ਕਰਕੇ ਤੁਸੀਂ ਇਸ ਚੀਜ਼ ਨੂੰ ਜ਼ਰੂਰ ਦੇਖੋ ਕਿ ਕੈਨੇਡਾ ਅਗਰ ਕੈਪਿੰਗ ਕਰਦਾ ਪਿਆ, ਸੀਟਸ ਬਹੁਤ ਲਿਮਿਟਿਡ ਦਿੰਦਾ ਪਿਆ, ਇਹ ਜਿਹੜੀ ਪਿੱਛੇ ਘਟਨਾਵਾਂ ਹੋਈਆਂ, ਵਰਕ ਪਰਮਿਟ ਬੰਦ ਕਰਨੇ ਪਏ ਕਈ ਕਾਲਜਿਸ ਦੇ, ਕਈ ਬੱਚਿਆਂ ਨੂੰ ਸਪਾਊਸ ਦੀ ਐਂਟਰੀ ਕਲੋਜ਼ ਕਰ ਦਿੱਤੀ ਗਈ, ਬਟ ਇਹ ਆਉਣ ਵਾਲੇ 2-4-6 ਮਹੀਨਿਆਂ ਦੇ ਵਿੱਚ ਕੈਪਿੰਗ ਕਰਨ ਦਾ ਸਭ ਤੋਂ ਵੱਡਾ ਰੀਜ਼ਨ ਆ ਕਿ ਤੁਹਾਡੇ ਲਈ ਸਹੂਲੀਅਤ ਓਪਨ ਕੀਤੀ ਜਾ ਰਹੀ ਹੈ, ਤੁਹਾਡੇ ਲਈ ਬਿਲਕੁਲ ਵੀ ਦਿੱਕਤ ਨਹੀਂ ਆਏਗੀ, ਨਾ ਤੁਹਾਨੂੰ ਵਰਕ ਪਰਮਿਟ ਦੇ ਅੱਗੇ ਦਿੱਕਤ ਆਊਗੀ, ਨਾ ਤੁਹਾਨੂੰ ਪ੍ਰੋਵਿੰਸ਼ੀਅਲ ਟੈਸਟੇਸ਼ਨ ਲੈਟਰ ਦੇ ਵੀ ਦਿੱਕਤ ਆਊਗੀ। ਅਗਰ ਰਹੀ ਬਜਟ ਡਬਲ ਦੀ ਗੱਲ ਆ, ਤਾਂ ਇਹਦੇ ਵਿੱਚ ਤੁਹਾਡੇ ਕੋਲ ਕਾਫੀ ਮਲਟੀਪਲ ਆਪਸ਼ਨਸ ਅਵੇਲੇਬਲ ਨੇ ਕਿ ਤੁਸੀਂ ਘੱਟ GIC ਨਾਲ, ਜਿਵੇਂ ਸਾਡੇ ਕੋਲ ਆਪਸ਼ਨ ਹੈ ਕਿਊਬੈਕ ਮੌਂਟਰੀਅਲ ਦੇ ਵੀ ਤੁਸੀਂ ਅਪਲਾਈ ਕਰ ਸਕਦੇ ਹੋ, ਜਿਵੇਂ 14,000 ਸਮਥਿੰਗ GIC ਨਾਲ ਤੁਸੀਂ ਅਪਲਾਈ ਕਰ ਸਕਦੇ ਹੋ, ਮਤਲਬ ਪੁਰਾਣੇ ਆਪਣੇ ਕੈਨੇਡਾ ਦੇ 17-18 ਲੱਖ ਦੇ ਬਜਟ ਨਾਲ ਅਪਲਾਈ ਕਰਨਾ ਚਾਹੁੰਦੇ ਹੋ, ਅਤੇ ਅਗਰ ਤੁਸੀਂ ਓਨਟੈਰੀਓ, ਬ੍ਰਿਟਿਸ਼ ਕੋਲੰਬੀਆ, ਐਡਮਿੰਟਨ ਦੀ ਜੇ ਸਾਈਡ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, ਸਾਡੇ ਕੋਲ ਕਈ ਕਾਲਜਿਸ ਇੱਦਾਂ ਦੇ ਅਵੇਲੇਬਲ ਨੇ, $8,000 to $10,000 ਸਾਲ ਦੀ ਫੀਸ ਦੇ ਅਕੋਰਡਿੰਗਲੀ ਤੁਸੀਂ ਅਪਲਾਈ ਕਰ ਸਕਦੇ ਹੋ। ਬਟ ਇਸ ਟਾਈਮ ਜਿਹੜੀ ਮੇਨ ਚੀਜ਼ ਹੈਗੀ ਹੈ, ਇਹਨਾਂ ਚੀਜ਼ਾਂ ਨੂੰ, ਨੈਗੇਟਿਵ ਚੀਜ਼ਾਂ ਨੂੰ ਸਾਈਡ 'ਤੇ ਰੱਖਦੇ, ਤੁਸੀਂ ਇਹ ਚੀਜ਼ ਨੂੰ ਜ਼ਰੂਰ ਦੇਖੋ ਕਿ ਕੈਨੇਡਾ ਦਿਨ ਬਰ ਦਿਨ ਪੋਜ਼ਿਟਿਵ ਹੁੰਦਾ ਜਾ ਰਿਹਾ ਹੈ, ਵੀਜ਼ਾ ਰੇਸ਼ੋ ਉੱਥੇ ਜਾ ਰਿਹਾ, ਲਿਮਿਟੇਸ਼ਨ ਜ਼ਰੂਰ ਹੈਗੀ ਹੈ, ਬਟ ਉਹਨਾਂ ਬੱਚਿਆਂ ਲਈ ਨਹੀਂ ਹੈਗੀ ਕਿ ਜਿਨ੍ਹਾਂ ਦੀ ਪ੍ਰੋਫਾਈਲ ਅੱਛੀ ਹੈ,
ਪ੍ਰੋਵਿੰਸ਼ੀਅਲ ਅਟੈਸਟੇਸ਼ਨ ਹੈਗਾ, ਤੁਹਾਡੇ ਕੋਲ ਅਗਰ ਨਹੀਂ ਵੀ ਹੈਗਾ ਤੁਸੀਂ ਵਿਦਇਨ 3 to 4 days ਦੇ ਅੰਦਰ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈ ਕੇ ਸਾਡੇ ਅਪਲਾਈ ਕਰਨਾ ਚਾਹੁੰਦੇ ਹੋ। ਅਤੇ ਸਭ ਤੋਂ ਵੱਡੀ ਜਿਹੜੀ ਮੇਨ ਗੱਲ ਸਟੂਡੈਂਟ ਦਾ ਜਿਹੜੇ ਇਸ ਟਾਈਮ ਮਿਥ ਬਣਿਆ ਹੋਇਆ ਕਿ ਕੈਨੇਡਾ ਨੇ ਡਿਊਰਿੰਗ ਸਟੱਡੀ ਅਤੇ ਪੋਸਟ ਸਟੱਡੀ ਵਰਕਿੰਗ ਰਾਈਟਸ ਬੰਦ ਕਰ ਦਿੱਤੇ ਆ, ਨਹੀਂ ਇੱਦਾਂ ਦੀ ਕੋਈ ਵੀ ਗੱਲ ਨਹੀਂ ਹੈ। ਉਹ ਸਿਰਫ ਉਹਨ ਪ੍ਰੋਗਰਾਮਸ ਲਈ ਸੀਗਾ ਕਿ ਜਿਹੜੇ PPP ਪ੍ਰੋਗਰਾਮ, ਇਟ ਮੀਨਸ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਅੰਡਰ ਨਹੀਂ ਆ ਰਹੇ ਨੇ। ਜਿਨ ਕਾਲਜਿਸ ਦੇ ਆਪਣੇ ਟਾਈਅਪਸ ਨਹੀਂ ਹੈਗੇ ਆ, ਕਿਸੇ ਹੋਰ ਦੂਜੇ ਕਾਲਜ ਦੇ ਨਾਲ ਟਾਈਅਪ ਕਰਕੇ ਤੁਹਾਨੂੰ ਵਰਕ ਪਰਮਿਟ ਪ੍ਰੋਵਾਈਡ ਕਰਦਾ ਪ੍ਰੋਵਾਈਡ ਕਰਦਾ ਸੀਗਾ, ਬਟ ਸਾਡੇ ਕੋਲ ਪਬਲਿਕ ਕਾਲਜ ਅਵੇਲੇਬਲ ਨੇ, ਜਿਵੇਂ ਅਕਟੂਬਰ ਨਵੰਬਰ ਕੁਛ ਕਾਲਜ ਆਪਸ਼ਨ ਹੈ, ਨਹੀਂ ਤਾਂ ਜੈਨ ਤੋਂ ਓਪਨ ਹੋ ਹੀ ਚੁੱਕਿਆ ਹੈ। ਪਬਲਿਕ ਕਾਲਜ ਦੇ ਨਾਲ ਅਪਲਾਈ ਕਰ ਸਕਦੇ ਹੋ ਜਿਹਦੇ ਤੁਸੀਂ ਡਿਊਰਿੰਗ ਸਟੱਡੀ ਅਤੇ ਪੋਸਟ ਸਟੱਡੀ ਵਰਕਿੰਗ ਵੀ ਮਿਲ ਸਕਦਾ, ਅਤੇ ਦੇਰ ਨਾ ਕਰਦੇ ਹੋਏ ਆਪਣੇ ਅਪਕਮਿੰਗ ਇਨਟੇਕ ਲਈ ਅਪਲਾਈ ਕਰਕੇ ਆਪਣੀ ਸੀਟ ਜ਼ਰੂਰ ਰਿਜ਼ਰਵ ਕਰੋ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਹੈਲੋ, ਹਾਂਜੀ, ਕੌਣ ਬੋਲ ਰਹੇ ਹੋ ਮੈਮ, ਕੀ ਸਵਾਲ? ਹਾਂਜੀ, ਆਸਟ੍ਰੇਲੀਆ ਤੋਂ। ਠੀਕ ਹੈ ਮੈਮ, ਠੀਕ ਹੈ ਮੈਮ, ਤੇ ਮੈਮ ਤੁਸੀਂ ਕਿਹੜੀ ਯੂਨੀਵਰਸਿਟੀ ਅਪਲਾਈ ਕੀਤਾ ਸੀਗਾ? ਮੈਲਬਨ ਦੇ ਵਿੱਚ ਅਪਲਾਈ ਕੀਤਾ ਸੀਗਾ, ਠੀਕ ਹੈ। ਅਤੇ ਮੈਮ ਤੁਸੀਂ ਹੁਣ ਆਸਟ੍ਰੇਲੀਆ ਹੀ ਦੁਬਾਰਾ ਰੀਅਪਲਾਈ ਕਰਨਾ ਚਾਹੁੰਦੇ ਹੋ, ਤੁਸੀਂ ਆਪਣੀ ਡੈਸਟੀਨੇਸ਼ਨ ਸਟੱਡੀ ਡੈਸਟੀਨੇਸ਼ਨ ਚੇਂਜ ਕਰਨਾ ਚਾਹੁੰਦੇ ਹੋ? ਜੀ, ਠੀਕ ਹੈ, ਠੀਕ ਹੈ ਜੀ ਜੀ ਜੀ। ਦੇਖੋ ਮੈਮ, ਫਸਟਲੀ ਅਗਰ ਮੈਂ ਗੱਲ ਕਰਨਾ ਚਾਹਾਂਗਾ, ਅਗਰ ਤੁਸੀਂ ਆਸਟ੍ਰੇਲੀਆ ਹੀ ਅਪਲਾਈ ਕਰਨਾ ਚਾਹੁੰਦੇ ਹੋ, ਦੇਖੋ ਇਸ ਟਾਈਮ ਆਸਟ੍ਰੇਲੀਆ ਦਾ ਕੈਪਿੰਗ ਕਰਨ ਦਾ ਇੱਕ ਸਭ ਤੋਂ ਵੱਡਾ ਰੀਜ਼ਨ ਕੀ ਹੈ, ਕਿਉਂਕਿ ਦੇਖੋ ਤੁਸੀਂ ਫੀਸ ਵੀ ਐਕਚੁਅਲੀ ਪੇ ਕੀਤੀ, ਤੁਹਾਡੀ GT ਵੀ GST ਵੀ ਪ੍ਰੋਪਰਲੀ ਕਲੀਅਰ ਹੋਈ ਹੈ, ਤੁਸੀਂ ਫੰਡ ਵੀ ਜੈਨੂਇਨ ਸ਼ੋਅ ਕੀਤਾ, ਬਟ ਕਿਤੇ ਨਾ ਕਿਤੇ ਇੱਕ ਵੀਜ਼ਾ ਰਿਫਿਊਜ਼ਲ ਆਉਣ ਦਾ ਸਭ ਤੋਂ ਵੱਡਾ ਕਾਰਨ ਆ ਕਿ ਤੁਹਾਡੀ ਰੀਪ੍ਰਜੈਂਟੇਸ਼ਨ ਆਫ ਫਾਈਲ, ਜਿਹਨੂੰ ਆਪਾਂ SOP ਕਹਿੰਦੇ ਹਾਂ, ਸਟੇਟਮੈਂਟ ਆਫ ਇੰਟੈਂਟ ਬੋਲਦੇ, ਜਿਹਦੀ ਤੁਹਾਡੀ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਦੀ ਜਸਟੀਫਿਕੇਸ਼ਨ ਪ੍ਰੋਪਰਲੀ ਦਿੱਤੀ ਜਾਂਦੀ ਹੈ, ਉਹਦੇ ਵੀ ਸਾਨੂੰ ਰੀਜ਼ਨ ਚੈੱਕ ਕਰਨਾ ਪੈਂਦਾ ਕਿ ਤੁਸੀਂ ਕਿਸ ਰੀਜ਼ਨ ਤੋਂ ਰਿਫਿਊਜ਼ ਹੋਏ ਹੋ। ਉਸ ਰੀਜ਼ਨ ਨੂੰ ਜਸਟੀਫਾਈ ਕਰਕੇ ਪ੍ਰੋਫਾਈਲ ਨੂੰ ਅਟੈਂਡ ਕਰਕੇ ਤੁਸੀਂ ਜ਼ਰੂਰ ਅਪਲਾਈ ਕਰ ਸਕਦੇ ਹੋ, ਚਾਹੇ ਉਹਦੇ ਵਿੱਚ ਹੋ ਸਕਦਾ ਹੈ ਚਾਹੇ ਫਾਈਨੈਂਸ਼ੀਅਲ ਇਸ਼ੂ ਸੀਗਾ, ਚਾਹੇ ਤੁਹਾਡੀ ਰੀਫਾਈਲ ਦੀ ਰੀਪ੍ਰਜੈਂਟੇਸ਼ਨ ਸੀਗੀ, ਜਾਂ ਤੁਹਾਡੀ ਕਿਆ ਜੈਨੂਇਨ GTE ਕਲੀਅਰ ਤੁਹਾਡੀ GST ਹੋਈ ਜਾਂ ਨਹੀਂ ਹੋਈ ਹੈ। ਤੁਸੀਂ ਅਗਰ ਦੁਬਾਰਾ ਆਸਟ੍ਰੇਲੀਆ ਲਈ ਅਪਲਾਈ ਕਰਨਾ ਚਾਹੁੰਦੇ ਹੋ, ਤੁਸੀਂ ਬਿਲਕੁਲ ਕਰ ਸਕਦੇ ਹੋ, ਆਪਾਂ ਤੁਹਾਡੇ ਰਿਫਿਊਜ਼ਲ ਦੇ ਕਾਰਨ ਨੂੰ ਰੀਅਜਸਟੀਫਾਈ ਕਰਕੇ ਵੀਜ਼ਾ ਜ਼ਰੂਰ ਲੈ ਸਕਦੇ ਹਾਂ। ਨਾਲ ਦੇ ਨਾਲ ਹੀ ਅਗਰ ਤੁਹਾਡਾ ਜਿਵੇਂ ਕੁਐਸਚਨ ਸੀਗਾ ਕਿ ਸਰ ਮੈਂ ਹੋਰ ਅਦਰ ਕੰਟਰੀ ਕਿਹੜੀ ਅਪਲਾਈ ਕਰ ਸਕਦੀ ਹਾਂ, ਤੁਹਾਡੀ ਪ੍ਰੋਫਾਈਲ ਦੇਖੋ ਮੈਮ, ਅਗਰ ਤੁਸੀਂ ਕੈਨੇਡਾ ਵੀ ਕਰਨਾ ਚਾਹੁੰਦੇ ਹੋ, SDS ਪ੍ਰੋਫਾਈਲ ਹੈ ਤੁਹਾਡੀ, ਸ਼ੋਰ ਤੁਸੀਂ ਈਜ਼ੀਲੀ, ਮਤਲਬ ਕਹਿਣ ਦਾ ਮਤਲਬ ਵੀਜ਼ਾ ਈਜ਼ੀਲੀ ਲੈ ਸਕਦੇ ਹੋ। ਦੂਜਾ ਤੁਹਾਡੇ ਕੋਲ UK ਦੀ ਆਪਸ਼ਨ ਹੈ, ਤੁਸੀਂ ਪੇ ਆਫਟਰ ਵੀਜ਼ਾ ਕਰ ਸਕਦੇ ਹੋ, ਇਨ ਪਬਲਿਕ ਯੂਨੀਵਰਸਿਟੀਜ਼ ਅਪਲਾਈ ਕਰਨਾ ਕਰ ਸਕਦੇ ਹੋ। ਨਾਲ ਦੇ ਨਾਲ ਤੁਹਾਡੇ ਕੋਲ ਆਸਟ੍ਰੇਲੀਆ ਦੀ ਰੀਅਪਲਾਈ ਦੀ ਆਪਸ਼ਨ ਤਾਂ ਹੈਗੀ ਹੈ, ਬਟ ਕਹਿਣ ਦਾ ਮਤਲਬ ਇਹ ਆ ਕਿ ਅਗਰ ਤੁਸੀਂ ਚਾਹੇ ਆਸਟ੍ਰੇਲੀਆ ਵੀ ਕਰਨਾ ਚਾਹੁੰਦੇ ਹੋ, UK ਕੈਨੇਡਾ ਵੀ ਕਰਨਾ ਚਾਹੁੰਦੇ ਹੋ, ਇਸ ਟਾਈਮ ਹਰ ਕੰਟਰੀ ਦੇ ਵਿੱਚ ਕੈਪਿੰਗ ਅਨਾਊਂਸ ਕੀਤੀ ਗਈ ਹੈ, ਸੀਟ ਲਿਮਿਟਿਡ ਹੈਗੀ ਹੈ, ਆਪਣੇ ਅਪਕਮਿੰਗ ਇਨਟੇਕ ਲਈ ਅਪਲਾਈ ਕਰਕੇ ਜ਼ਰੂਰ ਆਪਣੀ ਸੀਟ ਰਿਜ਼ਰਵ ਕਰੋ, ਅਤੇ ਸਾਡੇ ਥਰੂ ਤੁਸੀਂ ਜ਼ਰੂਰ ਅਪਲਾਈ ਕਰਕੇ ਆਪਣਾ ਵੀਜ਼ਾ ਹਾਸਲ ਕਰ ਸਕਦੇ ਹੋ।